ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਜੀ। ਡਾਕਟਰ ਸਾਹਿਬ, ਅੱਜ 19 ਸਪਤੰਬਰ 2013 ਚਾਰ ਅਸੂ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ। ਕਿਉਂ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇਜਿਸ, ਟੈਕਸਟ ਮੈਸੇਜਿਸ, ਫੇਸਬੁੱਕ ਮੈਸੇਜਿਸ ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਲੁਧਿਆਣਾ ਪੰਜਾਬ ਤੋਂ ਵੀਰ ਹਰਪ੍ਰੀਤ ਸਿੰਘ ਲਾਲ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰ ਤੁਹਾਨੂੰ ਹੋਰ ਵੀ ਹੌਸਲਾ ਅਤੇ ਤਾਕਤ ਦੇਣ ਤਾਂ ਕਿ ਤੁਸੀਂ ਇਸੇ ਤਰ੍ਹਾਂ ਸਿੱਖ ਕੌਮ ਦੇ ਗਿਆਨ ਵਿੱਚ ਵਾਧਾ ਕਰਦੇ ਰਹੋ। ਗੁਰੂ ਤੁਹਾਨੂੰ ਰੋਜ਼ ਦੀ ਰੋਜ਼ ਵੱਧ ਤੋਂ ਵੱਧ ਤਾਕਤ ਬਖਸ਼ਣ। ਅੱਜ ਦੇ ਜ਼ਮਾਨੇ 'ਚ ਕੋਈ ਵੀ ਸੱਚ ਅਤੇ ਇਨਸਾਫ ਲਈ ਖਲੋਣ ਦੀ ਨਾ ਪਰਵਾਹ ਕਰਦਾ ਹੈ ਨਾ ਹੀ ਹਿੰਮਤ ਰੱਖਦਾ ਹੈ। ਕੋਈ ਵੀ ਇਸ ਲਈ ਯਤਨਸ਼ੀਲ ਨਹੀਂ ਹੁੰਦਾ, ਭਾਵੇਂ ਕਿ ਸਾਡੀਆਂ ਮੰਗਾਂ ਕਿੰਨੀਆਂ ਕੁ ਹੱਕੀ ਹੋਣ ਅਤੇ ਭਾਵੇਂ ਸਾਡੇ 'ਤੇ ਕਿੰਨਾ ਵੀ ਜ਼ੁਲਮ ਹੋ ਰਿਹਾ ਹੋਵੇ। ਮੈਂ ਹਾਲ ਹੀ ਵਿੱਚ ਤੁਹਾਡੀਆਂ ਯੂਟਿਊਬ ਚੈਨਲ ਦੀਆਂ ਵੀਡੀਓਜ਼ ਪੰਜਾਬ ਸਪੈਕਟ੍ਰਮ ਰਾਹੀਂ ਵੇਖਣੀਆਂ ਸ਼ੁਰੂ ਕੀਤੀਆਂ ਹਨ। ਮੈਂ ਗੁਰਪਤਵੰਤ ਸਿੰਘ ਪੰਨੂ ਜੀ ਦੀ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਕੌਮ ਲਈ ਬਹੁਤ ਵੱਡਾ ਮਾਰਕਾ ਮਾਰਿਆ ਹੈ। ਮੇਰੇ ਕੋਲ ਉਹਨਾਂ ਦਾ ਨੰਬਰ ਨਹੀਂ ਹੈ, ਇਸ ਲਈ ਮੈਂ ਸੱਚ ਸੱਚ ਰਾਹੀਂ ਹੀ ਉਹਨਾਂ ਨੂੰ ਸੰਬੋਧਿਤ ਹੁੰਦਾ ਹਾਂ। ਮੇਰਾ ਉਹਨਾਂ ਤੱਕ ਸਤਿਕਾਰ ਅਤੇ ਵਧਾਈ ਪਹੁੰਚਾ ਦੇਣਾ, ਕਿਉਂਕਿ ਉਹਨਾਂ ਨੇ ਹਿੰਮਤ ਕਰਕੇ ਅਖੀਰ ਵਿੱਚ ਸੋਨੀਆ ਗਾਂਧੀ ਨੂੰ ਸੰਮਨ ਫੜਾ ਹੀ ਦਿੱਤੇ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਤੁਹਾਡਾ ਧਿਆਨ ਇੱਕ ਵੀਡੀਓ ਵੱਲ ਦਿਵਾਉਣਾ ਚਾਹੁੰਦਾ ਹਾਂ। ਉਹਨਾਂ ਨੇ ਇਸ ਦਾ ਇੱਕ ਲਿੰਕ ਵੀ ਭੇਜਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੇ ਵੀ ਇੰਟਰਨੈਸ਼ਨਲ ਕੋਰਟ ਅਤੇ ਐਮਨੈਸਟੀ ਇੰਟਰਨੈਸ਼ਨਲ ਨੂੰ ਪੰਜਾਬ ਵਿੱਚ ਹੋ ਰਹੀਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਜਿਵੇਂ ਕਿ ਝੂਠੇ ਪੁਲਿਸ ਮੁਕਾਬਲਿਆਂ ਆਦਿ ਸੰਬੰਧੀ 1980ਆਂ ਵਿੱਚ ਇੱਕ ਵਿਸਤ੍ਰਿਤ ਰਿਪੋਰਟ ਭੇਜੀ ਸੀ। ਜੇ ਸੰਭਵ ਹੋਵੇ ਤਾਂ ਸਾਨੂੰ ਇਹਨਾਂ ਰਿਪੋਰਟਾਂ ਦੇ ਨਤੀਜੇ ਸੰਬੰਧੀ ਜ਼ਰੂਰ ਦੱਸਣਾ। ਕੀ ਇਹਨਾਂ 'ਤੇ ਕੋਈ ਕਾਰਵਾਈ ਹੋਈ ਸੀ ਜਾਂ ਇਹ ਅਜੇ ਵੀ ਐਮਨੈਸਟੀ ਕੋਲ ਹੀ ਬਿਨਾਂ ਪੜਤਾਲ ਦੇ ਪਈਆਂ ਹਨ? ਜਿਵੇਂ ਮੈਂ ਪਹਿਲਾਂ ਕਿਹਾ ਹੈ, ਕਿਸੇ ਨੂੰ ਵੀ ਕੋਈ ਪਰਵਾਹ ਨਹੀਂ। ਕਿਰਪਾ ਕਰਕੇ ਸਾਨੂੰ ਅਗਵਾਈ ਦਿਓ ਅਤੇ ਦੱਸੋ ਕਿ ਅਸੀਂ ਇੰਡੀਆ ਵਿੱਚ ਰਹਿੰਦਿਆਂ ਆਪਣੀ ਕੌਮ ਦੀ ਭਲਾਈ ਲਈ ਕੀ ਯੋਗਦਾਨ ਪਾ ਸਕਦੇ ਹਾਂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਹਰਪ੍ਰੀਤ ਸਿੰਘ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲੁਧਿਆਣੇ ਤੋਂ ਲਿਖਿਆ ਜੀ। ਉਹਨਾਂ ਦੀ ਇਹ ਈਮੇਲ ਆਇਆ ਵੀ ਕਾਫੀ ਦਿਨ ਹੋ ਗਏ ਨੇ ਅਤੇ ਮੈਂ ਕਿਹਾ ਚਾਹੁੰਦਾ ਕਿ ਕਾਫੀ ਦਿਨਾਂ ਬਾਅਦ ਹੀ ਉਹਨਾਂ ਦੀ ਵਾਰੀ ਆਈ। ਉਹਨਾਂ ਨੇ ਸਾਡੀ ਤਾਰੀਫ ਸ਼ਬਦ ਕਹੇ ਨੇ, ਪੰਜਾਬ ਸਪੈਕਟ੍ਰਮ ਰਾਹੀਂ ਉਹਨਾਂ ਨੇ ਵੀਡੀਓ ਦੇਖੀ, ਫਿਰ ਹੁਣ ਉਹ ਡਾਇਰੈਕਟ ਵੀ ਦੇਖਦੇ ਨੇ ਜੀ। ਅਸੀਂ ਤਾਂ ਆਪਣਾ ਫਰਜ਼ ਅਦਾ ਕਰ ਰਹੇ ਹਾਂ, ਔਰ ਜਿਵੇਂ ਉਹਨਾਂ ਨੇ ਸ਼ਿਕਵਾ ਕੀਤਾ ਵੀ ਉੱਥੇ ਤਾਂ ਕੋਈ ਗੱਲ ਸੁਣਦਾ ਨਹੀਂ ਹੈ ਜੀ, ਕਿਸੇ ਨੂੰ ਪਰਵਾਹ ਨਹੀਂ ਹੈ, ਕਿਸੇ 'ਚ ਹੌਂਸਲਾ ਨਹੀਂ ਹੈ, ਜਾਂ ਕਿਸੇ ਦਾ ਇਹ ਕੋਈ ਮਿਸ਼ਨ ਵੀ ਨਹੀਂ ਹੈ ਕਿ ਉਹਨੇ ਸੱਚ ਨੂੰ ਬਾਹਰ ਲਿਆਉਣਾ। ਔਰ ਉਹਨਾਂ ਦੀ ਲਿਖਤ ਤੋਂ ਜ਼ਾਹਰ ਹੈ ਕਿ ਇਹ ਗੁਰੂ ਪੰਥ ਨੂੰ ਪਿਆਰ ਕਰਨ ਵਾਲੇ, ਗੁਰੂ ਦੇ ਭੈ 'ਚ ਰਹਿਣ ਵਾਲੇ ਨੌਜਵਾਨ ਨੇ ਜੀ, ਔਰ ਉਹਨਾਂ 'ਚ ਕੁਛ ਕਰਨ ਦੀ ਭਾਵਨਾ ਵੀ ਹੈ। ਇਸ ਦੇ ਨਾਲ ਨਾਲ ਉਹ ਨਿਰਾਸ਼ਤਾ 'ਚ ਵੀ ਨੇ ਕਿ ਉੱਥੇ ਕੋਈ ਐਸਾ ਨੈਟਵਰਕ ਨਹੀਂ ਹੈ ਜਿਹਦੇ ਰਾਹੀਂ ਉਹ ਸੱਚਾਈ ਦੇ ਨਾਲ, ਇਮਾਨਦਾਰੀ ਵਾਲੇ ਢੰਗ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿੰਦਿਆਂ ਵੀ ਆਪਣੀ ਗੱਲ ਕਰ ਸਕਣ ਜੀ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਸਰ ਗੁਰਪਤਵੰਤ ਸਿੰਘ ਪੰਨੂ, ਜਿਹੜੇ ਕਿ ਸਿੱਖ ਫਾਰ ਜਸਟਿਸ ਦੇ ਮੋਢੀ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ ਜੀ, ਕਿ ਉਹਨਾਂ ਨੇ ਸੋਨੀਆ ਗਾਂਧੀ ਨੂੰ ਸੰਮਨ ਸਰਵ ਕਰਵਾਏ ਨੇ। ਸੋ ਉਹਨਾਂ ਦਾ ਉਹ ਧੰਨਵਾਦ ਵੀ ਕਰਦੇ ਨੇ, ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦੇ ਨੇ ਜੀ। ਉਹਨਾਂ ਦਾ ਇਹ ਸੁਨੇਹਾ ਅਸੀਂ ਜ਼ਰੂਰ ਜਿਹੜਾ ਸਿੱਖ ਫਾਰ ਜਸਟਿਸ ਔਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਤੱਕ ਪਹੁੰਚਾਵਾਂਗੇ ਜੀ। ਉਹਨਾਂ ਨੇ ਅਖੀਰ ਦੇ ਵਿੱਚ ਜਿਹੜਾ ਜਿਸ ਬਾਰੇ ਉਹਨਾਂ ਨੇ ਕਾਫੀ ਫਿਕਰਮੰਦੀ ਦੇ ਨਾਲ ਪੁੱਛ ਕੀਤੀ ਹੈ, ਔਰ ਉਹਨਾਂ ਨੇ ਉਹਦੇ 'ਚ ਇਹ ਵੀ ਕਿਹਾ ਕਿ ਅਸੀਂ ਉੱਥੇ ਵੀ ਕਈਆਂ ਤੋਂ ਚਾਹਿਆ ਕਿ ਵੀ ਇਸ ਬਾਰੇ ਪਤਾ ਲੱਗੇ, ਪਰ ਕਿਸੇ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਜੀ। ਔਰ ਇੱਕ ਜਿਹੜਾ ਵੀਡੀਓ ਲਿੰਕ ਹੈ, ਇੱਕ ਕੈਨੇਡਾ ਤੋਂ ਫਰੋਡ ਜਿਹਾ ਸਵਾਮੀ ਉੱਥੇ ਗਿਆ ਸੀ ਗੁਰੂ ਨਾਨਕ ਨਿਵਾਸ ਜਦੋਂ ਸੰਤ ਉੱਥੇ ਸਨ ਜੀ, ਅਤੇ ਉਸ ਦਾ ਉਹਨੇ ਆਪਣਾ ਜਿਹੜਾ ਪਬਲਿਸਿਟੀ ਸਟੰਟ ਜਿਹਾ ਰੱਖਿਆ ਹੋਇਆ ਸੀ, ਪਰ ਸੰਤ ਪਿੰਡਾਂ ਵਾਲਿਆਂ ਨੇ ਕਾਫੀ ਜਿਹੜਾ ਉਸ ਦੀ ਜਿਹੜੀ ਹੈ ਭੁਗਤ ਵੀ ਸਵਾਰੀ ਜੀ। ਕਿਉਂਕਿ ਜਿਵੇਂ ਹੁੰਦਾ ਇੱਥੋਂ ਦੇ ਯੋਗੀਆਂ ਦਾ, ਦੂਸਰਿਆਂ ਦਾ, ਕਿ ਜੀ ਸ਼ਾਂਤੀ ਹੋਣੀ ਚਾਹੀਏ ਔਰ ਫਲਾਣਾ ਔਰ ਢਿਮਕਾ ਜੀ। ਸੋ ਸੰਤਾਂ ਨੇ ਬੜੇ ਵੇਰਵੇ ਦੇ ਨਾਲ ਉਹਨੂੰ ਦੱਸਿਆ ਕਿ ਭਾਈ ਸਾਡੇ ਨਾਲ ਕੀ ਧੱਕੇ ਹੋ ਰਹੇ ਨੇ, ਕੀ ਜਿਹੜੇ ਵਿਤਕਰੇ ਨੇ, ਔਰ ਕਿਉਂ ਅਸੀਂ ਜਿਹੜੀ ਹੈ ਸੱਚ ਹੱਕ ਇਨਸਾਫ ਦੀ ਗੱਲ ਦੇ ਲਈ ਇਸ ਰਸਤੇ 'ਤੇ ਤੁਰੇ ਜੀ। ਅਤੇ ਉਹ ਜਦੋਂ ਸਮਝੌਤਾਵਾਦੀ ਅਤੇ ਦੂਸਰੀਆਂ ਗੱਲਾਂ ਕਰਦਾ ਸੀ ਤਾਂ ਉਹਨੂੰ ਸੰਤਾਂ ਨੇ ਕਿਹਾ ਕਿ ਭਾਈ ਤੂੰ ਪਹਿਲਾਂ ਜਾ ਕੇ ਇੰਦਰਾ ਗਾਂਧੀ ਤੋਂ ਲੈ ਆ ਅਪਰੂਵਲ,
ਜੀ ਸਰਕਾਰ ਦੱਸ ਕੀ ਮੰਨਦੀ ਹੈ ਫਿਰ ਤੂੰ ਸਾਡੇ ਨਾਲ ਗੱਲ ਕਰੀ ਚਲੋ ਉਹ ਇੱਕ ਲੰਬੀ ਚੌੜੀ ਵੀਡੀਓ ਹੈ ਪਰ ਉਹਦੇ ਵਿਚਲਾ ਜਿਹੜਾ ਪਾਰਟ ਜਿਸ ਬਾਰੇ ਇਹਨਾਂ ਨੇ ਕਿਹਾ ਔਰ ਇੱਕ ਕਿਉਂਕਿ ਸੰਤ ਪੰਜਾਬੀ 'ਚ ਬੋਲਦੇ ਸਨ ਉਸ ਸਵਾਮੀ ਨੂੰ ਇੱਕ ਹੋਰ ਇੰਟਰਪ੍ਰੇਟਰ ਸੱਜਣ ਜਿਹੜੇ ਨੇ ਉਹ ਅੰਗਰੇਜ਼ੀ 'ਚ ਕਰਕੇ ਦੱਸ ਰਹੇ ਸੀ ਇਸ ਤਰੀਕੇ ਦੇ ਨਾਲ ਇਹ ਗੱਲਬਾਤ ਅੱਗੇ ਵਧੀ ਸੋ ਉਹਦੇ 'ਚ ਇੱਕ ਕਾਮੈਂਟ ਇਹ ਵੀ ਆਇਆ ਕਿ ਵੀ ਅਸੀਂ ਆਪਣੀ ਜਿਹੜੀ ਹੈ ਰਿਪੋਰਟ ਉਹ ਭੇਜੀ ਹੈ ਐਮਨੈਸਟੀ ਨੂੰ ਔਰ ਦੂਸਰਾ ਸੋ ਉਹਦੇ 'ਤੇ ਉਹਨਾਂ ਨੇ ਕਿਹਾ ਕਿ ਉਸ 'ਤੇ ਕੋਈ ਸੁਣਵਾਈ ਜਾਂ ਫਰਦਰ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਦੇਖੋ ਪਹਿਲਾਂ ਤਾਂ ਕਿਉਂਕਿ ਸਾਡੇ ਜਿਹੜੇ ਪੰਜਾਬ 'ਚ ਬੈਠੇ ਵੀਰ ਭੈਣਾਂ ਨੇ ਜਾਂ ਕਈ ਇੱਥੇ ਵੀ ਜਿਹੜੇ ਨਵੇਂ ਨਵੇਂ ਆਉਂਦੇ ਨੇ ਉਹ ਇੰਟਰਨੈਸ਼ਨਲ ਸਿਸਟਮ ਖਾਸ ਤੌਰ 'ਤੇ ਮਨੁੱਖੀ ਹੱਕਾਂ ਦੇ ਹਵਾਲੇ ਨਾਲ ਜਾਂ ਜੰਗੀ ਅਪਰਾਧਾਂ ਦੇ ਹਵਾਲੇ ਨਾਲ ਕਿਵੇਂ ਕੰਮ ਕਰਦੇ ਉਸ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਨੇ ਔਰ ਕਿਉਂਕਿ ਅਸੀਂ ਭਲੇ ਭੋਲੇ ਲੋਕ ਹੈ ਅਸੀਂ ਇਹ ਸਮਝਦੇ ਹਾਂ ਕਿ ਭਾਈ ਜਿੱਥੇ ਧੱਕਾ ਹੁੰਦਾ ਅਤੇ ਇੰਟਰਨੈਸ਼ਨਲ ਜੇ ਕੋਈ ਬਾਡੀ ਹੈ ਤਾਂ ਉਹਦੇ ਕੋਲ ਸਾਰੀਆਂ ਤਾਕਤਾਂ ਨੇ ਉਹ ਉਹਦੇ 'ਤੇ ਕਿਉਂ ਨਹੀਂ ਕਾਰਵਾਈ ਕਰਦੇ ਜਾਂ ਕਿਉਂ ਨਹੀਂ ਕਾਰਵਾਈ ਹੁੰਦੀ ਸੋ ਉਹਦੇ 'ਚ ਪਹਿਲਾਂ ਸਾਨੂੰ ਇਹ ਵੇਰਵੇ ਨਾਲ ਦੇਖਣਾ ਪਏਗਾ ਵੀ ਹਰ ਜਥੇਬੰਦੀ ਬਾਹਰਲੀ ਖਾਸ ਤੌਰ 'ਤੇ ਜਿਵੇਂ ਐਮਨੈਸਟੀ ਇੰਟਰਨੈਸ਼ਨਲ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਜਾਂ ਹਿਊਮਨ ਰਾਈਟਸ ਵਾਚ ਹੈ ਜਿਸ ਦਾ 1980's ਦਾ ਨਾਂ ਏਸ਼ੀਆ ਵਾਚ ਹੁੰਦਾ ਸੀ ਇਸੇ ਤਰ੍ਹਾਂ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਹੈ ਇਹ ਡਾਕਟਰਸ ਨੇ ਪਰ ਹਿਊਮਨ ਰਾਈਟ 'ਤੇ ਰਿਪੋਰਟ ਕਰਦੇ ਨੇ ਉਹਨਾਂ ਨੇ ਪੰਜਾਬ ਸੰਬੰਧੀ 1994 ਦੇ ਵਿੱਚ ਹਿਊਮਨ ਰਾਈਟਸ ਵਾਚ ਨਾਲ ਮਿਲ ਕੇ ਰਿਪੋਰਟ ਵੀ ਕੱਢੀ ਸੀ ਇਸੇ ਤਰ੍ਹਾਂ ਡਾਕਟਰਸ ਵਿਦਆਊਟ ਬਾਰਡਰਸ ਨੇ ਉਹ ਆਪਣੀ ਐਕਟੀਵਿਟੀ ਵੀ ਕਰਦੇ ਨੇ ਔਰ ਕਿੱਥੇ ਕੀ ਹੋ ਰਿਹਾ ਉਹਦੀ ਰਿਪੋਰਟ ਵੀ ਕੱਢਦੇ ਨੇ ਸੋ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸਾਡੀਆਂ ਆਪਣੀਆਂ ਹਿਊਮਨ ਰਾਈਟਸ ਔਰਗਨਾਈਜੇਸ਼ਨਸ ਰਹੀਆਂ ਜਿਹਨਾਂ 'ਚ ਸਭ ਤੋਂ ਪੁਰਾਣੀ PHRO ਪੰਜਾਬ ਹਿਊਮਨ ਰਾਈਟਸ ਔਰਗਨਾਈਜੇਸ਼ਨ ਸੀ ਫਿਰ ਉਸ ਦੇ ਨਾਲ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਔਰਗਨਾਈਜੇਸ਼ਨ ਵੀ ਹੋਣ 'ਚ ਆਈ IHRO ਜਿਹੜੀ ਹੁਣ ਵੀ ਐਕਟਿਵ ਹੈ ਲੁਧਿਆਣੇ 'ਚ ਬੇਸਡ ਨੇ ਫਿਰ ਅਕਾਲੀ ਦਲ ਨੇ ਆਪਣਾ ਹਿਊਮਨ ਰਾਈਟ ਵਿੰਗ ਜਿਹਦੇ 'ਚ ਜਸਪਾਲ ਸਿੰਘ ਢਿੱਲੋਂ ਖਾਸ ਤੌਰ 'ਤੇ ਸਰਦਾਰ ਜਸਵੰਤ ਸਿੰਘ ਖਾਲੜਾ ਇਹ ਵੀ ਸ਼ਾਮਿਲ ਸਨ ਉਹਨਾਂ ਨੇ ਵੀ ਆਪਣਾ ਵਿੰਗ ਜਿਹੜਾ ਫਲੋਟ ਕੀਤਾ ਫਿਰ ਇੱਕ NGO ਜਿਹੜੀ ਹੈ ਵੋਇਸਿਸ ਫਾਰ ਫਰੀਡਮ ਜਿਸ ਦਾ ਪੰਜਾਬ ਦੇ ਵਿੱਚ ਵੀ ਚੈਪਟਰ ਹੈ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਕਾਫੀ ਡਾਟਾ ਕਲੈਕਟ ਕੀਤਾ ਔਰ ਕੁਛ ਕੇਸਿਸ ਉਹ ਪੰਜਾਬ ਹਰਿਆਣਾ ਹਾਈਕੋਰਟ ਤੱਕ ਵੀ ਲੈ ਕੇ ਗਏ ਜਿਨ੍ਹਾਂ ਦੇ ਵਿੱਚ ਸੁਮੇਧ ਸੈਣੀ ਨੂੰ DGP ਬਣਾਉਣ ਦੇ ਖਿਲਾਫ਼ ਜਿਹੜਾ ਕੇਸ ਸੀ ਉਹ ਲਿਆਂਦਾ ਇਸੇ ਤਰ੍ਹਾਂ ਇਨਸਾਫ ਜਥੇਬੰਦੀ ਹੈ ਜਿਨ੍ਹਾਂ ਨੇ ਸਰ ਜਸਵੰਤ ਸਿੰਘ ਖਾਲੜਾ ਦਾ ਕੇਸ ਹਾਈਕੋਰਟ ਦੇ ਵਿੱਚ ਖੜਿਆ ਹੋਇਆ ਔਰ ਉਹਨਾਂ ਨੇ ਵੀ ਬਹੁਤ ਸਾਰਾ ਡਾਟਾ ਜਿਹੜਾ ਮਿਸਟਰ ਕੁਮਾਰ ਇੱਕ ਸਨ ਹਿਊਮਨ ਰਾਈਟ ਔਰਗਨਾਈਜੇਸ਼ਨ ਨਾਲ ਸੰਬੰਧਿਤ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਜਿਹੜੀ ਹੈ ਉਹਨਾਂ ਦੀ ਪਹਿਲੀ ਜਦੋਂ ਰਿਪੋਰਟ ਆਈ ਹੈ ਬੜੀ ਡਿਟੇਲਡ ਉਸ ਉਹਨਾਂ ਨੇ ਕੱਢਿਆ ਔਰ ਹੁਣ ਵੀ ਉਹ ਐਕਟਿਵ ਨੇ ਪੰਜਾਬ ਦੇ ਵਿੱਚ ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹਨਾਂ ਦੇ ਵੀ ਕੋਈ ਨਾ ਕੋਈ ਆਪਣੇ ਮਨੁੱਖੀ ਹੱਕਾਂ ਦੇ ਵਿੰਗ ਜਿਵੇਂ ਅਕਾਲੀ ਦਲ ਪੰਚ ਪ੍ਰਧਾਨੀ ਹੈ ਉਹਨਾਂ ਦੇ ਹਿਊਮਨ ਰਾਈਟਸ ਵਿੰਗ ਦੇ ਇੰਚਾਰਜ ਹਰਪਾਲ ਸਿੰਘ ਚੀਮਾ ਨੇ ਉਹ ਵੀ ਵਕੀਲ ਨੇ ਬੇਸ਼ੱਕ ਇਸ ਵੇਲੇ ਐਕਟਿੰਗ ਪ੍ਰਧਾਨ ਵੀ ਨੇ ਪੰਚ ਪ੍ਰਧਾਨੀ ਦੇ ਪਰ ਉਹ ਹਿਊਮਨ ਰਾਈਟਸ ਵਿੰਗ ਨੂੰ ਵੀ ਲੀਡ ਕਰਦੇ ਨੇ ਸੋ ਐਮਨੈਸਟੀ ਇੰਟਰਨੈਸ਼ਨਲ ਨੂੰ ਪਿਛਲੇ ਕਈ ਸਾਲਾਂ ਤੋਂ ਜੇ ਮੈਂ ਗਲਤ ਨਾ ਹੋਵਾਂ ਤਾਂ ਲਗਭਗ 2.5 ਤੋਂ ਜ਼ਿਆਦਾ ਦਹਾਕਿਆਂ ਤੋਂ ਜਾਂ 3 ਦਹਾਕੇ ਹੀ ਹੋ ਗਏ ਹੋਣਗੇ ਇਹਨਾਂ ਦੇ ਇੰਡੀਆ 'ਚ ਦਾਖਲ ਹੋਣ 'ਤੇ ਪਾਬੰਦੀ ਸੀ ਹੁਣ ਵੀ ਐਡਮਿਨਿਸਟ੍ਰੇਟਿਵ ਕੰਮ ਦੇ ਲਈ ਇਹ ਦਿੱਲੀ ਜਾਂ ਦੂਸਰੇ ਜਾ ਸਕਦੇ ਨੇ ਪਰ ਸਾਰੇ ਭਾਰਤ ਦੇ ਵਿੱਚ ਖੁੱਲ੍ਹ ਕੇ ਜਾ ਕੇ ਇਹਨਾਂ ਨੂੰ ਰਿਪੋਰਟ ਕਰਨ ਦਾ ਹੱਕ ਨਹੀਂ ਸੋ ਇਹ ਜਿਹੜੀਆਂ ਔਰਗਨਾਈਜੇਸ਼ਨਸ ਪੰਜਾਬ ਵਿੱਚ ਨੇ ਹਿਊਮਨ ਰਾਈਟਸ ਦੀਆਂ ਜਾਂ ਕੋਈ ਇੰਡੀਵਿਜੂਅਲ ਵੀ ਕਈ ਵਾਰ ਕੁਛ ਕੰਮ ਕਰਦੇ ਰਹੇ ਨੇ ਉਹ ਉੱਥੋਂ ਰਿਪੋਰਟਾਂ ਜਿਹੜੀਆਂ ਨੇ ਇਹਨਾਂ ਨੂੰ ਭੇਜਦੇ ਰਹੇ ਔਰ ਇਹ ਛਾਪਦੇ ਰਹੇ ਇਸੇ ਤਰ੍ਹਾਂ ਹਿਊਮਨ ਰਾਈਟਸ ਵਾਚ ਵਾਲਿਆਂ ਨੇ ਵੀ ਜਿਹੜੀ ਰਿਪੋਰਟ 1994 ਦੇ ਵਿੱਚ ਰਿਲੀਜ਼ ਕੀਤੀ ਜਿਹਦਾ ਨਾਂ ਸੀ ਡੈੱਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ ਇਨ ਪੰਜਾਬ ਸੋ ਇਹ ਇਹਨਾਂ ਨੇ ਹਿਊਮਨ ਰਾਈਟਸ ਵਾਚ ਨਾਲ ਮਿਲ ਕੇ ਤਿਆਰ ਕੀਤੀ ਸੀ ਪਰ ਇਹ ਵੀ ਜਦੋਂ ਗਏ ਦੋਨੋਂ ਉਹਨਾਂ ਦੇ ਵਿੱਚ ਡਾਕਟਰ ਵਿੰਸ ਐਕੋਪੀਨੋ ਸੀ ਔਰ ਇੱਕ ਹਿਊਮਨ ਰਾਈਟਸ ਵਾਚ ਦੀ ਐਕਟੀਵਿਸਟ ਸੀ ਸੋ ਇਹ ਐਜ਼ ਏ ਟੂਰਿਸਟ ਗਏ ਉੱਥੇ ਔਰ ਉਹਨਾਂ ਨੇ ਕਿਉਂਕਿ ਮੈਂ ਵੀ ਉਸ ਸਾਰੀ ਪ੍ਰੋਸੈਸ ਦੇ ਵਿੱਚ ਇਨਵੋਲਵ ਸੀ ਕਿ ਅਸੀਂ ਪੰਜਾਬ 'ਚੋਂ ਇੱਕ ਓਰੀਜਨਲ ਰਿਪੋਰਟ ਕੱਢਣਾ ਚਾਹੁੰਦੇ ਸੀ ਵੈਸੇ ਜੇ ਅੰਡਰ ਹਿਊਮਨ ਰਾਈਟਸ 'ਤੇ ਜਾ ਨਹੀਂ ਸੀ ਸਕਦੇ ਕਿਉਂਕਿ ਉਹਨਾਂ ਨੇ ਪਾਬੰਦੀ ਲਾਈ ਹੋਈ ਸੀ ਸੋ ਜਿਹੜੀ ਡੈੱਡ ਸਾਇਲੈਂਸ ਉਹਨਾਂ ਦੀ ਰਿਪੋਰਟ ਆਈ ਉਹ ਵੀ ਉਹਨਾਂ ਨੇ ਚੋਰੀ ਛਿਪਈ ਭਾਵੇਂ ਲਿੰਕ ਪੰਜਾਬ ਦੇ ਹੀ ਅਸੀਂ ਇਸਤੇਮਾਲ ਕੀਤੇ ਹਿਊਮਨ ਰਾਈਟਸ ਔਰਗਨਾਈਜੇਸ਼ਨਸ ਦੇ ਸੋ ਇਸੇ ਤਰ੍ਹਾਂ ਹੋਰ ਹਿਊਮਨ ਰਾਈਟਸ ਔਰਗਨਾਈਜੇਸ਼ਨਾਂ ਜਿੱਦਾਂ ਜਿਵੇਂ ਉਹਨਾਂ ਨੇ ਐਮਨੈਸਟੀ ਦਾ ਗੱਲ ਕੀਤੀ ਹੈ ਕਿ ਜੀ ਸੰਤਾਂ ਨੇ ਜਾਂ ਉਸ ਪੀਰੀਅਡ ਦੇ ਵਿੱਚ ਕੋਈ ਰਿਪੋਰਟ ਦਿੱਤੀ ਉਹਦੇ 'ਤੇ ਕੀ ਕਾਰਵਾਈ ਹੋਈ ਐਮਨੈਸਟੀ ਇੰਟਰਨੈਸ਼ਨਲ
ਇੱਕ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਹੈ ਜਿਹੜਾ ਪੀਰੀਅਡ ਚੱਲ ਰਿਹਾ ਹੁੰਦਾ ਹੈ ਉਸ ਦੇ ਬਾਰੇ ਜਦੋਂ ਉਹ ਕੰਟਰੀ ਰਿਪੋਰਟ ਕੱਢਦੇ ਨੇ ਦੁਨੀਆ ਦੇ ਜੇ 192-93 ਦੇਸ਼ ਨੇ ਤਾਂ ਹਰ ਕੰਟਰੀ ਬਾਰੇ ਆਲਮੋਸਟ ਕੰਟਰੀ ਰਿਪੋਰਟ ਕੱਢਦੇ ਨੇ ਸਾਲਾਨਾ ਕਿ ਉੱਥੇ ਕੀ ਹੋ ਰਿਹਾ ਉਸ 'ਤੇ ਕਿਹੜੇ ਸੂਬੇ 'ਚ ਹਿਊਮਨ ਰਾਈਟ ਵਾਇਓਲੇਸ਼ਨ ਹੋਈ ਇਹਨਾਂ ਦਾ ਮਕਸਦ ਸਿਰਫ ਰਿਪੋਰਟ ਕੱਢਣ ਤੱਕ ਹੈ ਇਹਨਾਂ ਦੇ ਕੋਲ ਕੋਈ ਕਾਨੂੰਨੀ ਪਾਵਰ ਨਹੀਂ ਹੁੰਦੀ ਕੋਈ ਕਾਨੂੰਨੀ ਤਾਕਤ ਨਹੀਂ ਹੁੰਦੀ ਕਿ ਵੀ ਇਹਨਾਂ ਨੇ ਕਿਸੇ ਨੂੰ ਪ੍ਰੋਸੀਕਿਊਟ ਕਰਨਾ ਕਿਸੇ 'ਤੇ ਮੁਕੱਦਮਾ ਚਲਾਉਣਾ ਜਾਂ ਕੋਈ ਸੋ ਇਹ ਲਗਾਤਾਰਤਾ ਨਾਲ 1970 ਤੋਂ ਹੀ ਲੈ ਕੇ 1980 ਦੇ ਵਿੱਚ ਵੀ ਇਹਨਾਂ ਦੀਆਂ ਸਾਲਾਨਾ ਰਿਪੋਰਟਾਂ ਨਿਕਲਦੀਆਂ ਰਹੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਸੀ ਝੂਠੇ ਪੁਲਿਸ ਮੁਕਾਬਲੇ ਸੀ ਔਰ ਇਹ ਸਾਰੇ ਜਿਹੜੇ ਨੇ ਲਗਾਤਾਰਤਾ ਦੇ ਨਾਲ ਇਹਨਾਂ ਨੇ ਰਾਦਰ ਐਮਨੈਸਟੀ ਇੰਟਰਨੈਸ਼ਨਲ ਨੇ 1992 ਦਾ ਸਾਲ ਹੀ ਇੰਡੀਆ ਨੂੰ ਐਕਸਕਲੂਸਿਵ ਦਿੱਤਾ ਸੀ ਕਿ ਇੰਡੀਆ 'ਚ ਕਿਵੇਂ ਹਿਊਮਨ ਰਾਈਟਸ ਵਾਇਓਲੇਸ਼ਨਸ ਹੁੰਦੀਆਂ ਨੇ ਕਿਵੇਂ ਇਲੀਗਲ ਕਨਫਾਈਨਮੈਂਟਸ ਹੁੰਦੀਆਂ ਹੈ ਕਿਵੇਂ ਟੋਰਚਰ ਕੀਤਾ ਜਾਂਦਾ ਹੈ ਕਿਵੇਂ ਐਕਸਟਰਾ ਜੁਡੀਸ਼ਲ ਕਿਲਿੰਗਸ ਹੁੰਦੀਆਂ ਨੇ ਔਰ ਕਿਵੇਂ ਲੋਕਾਂ ਦੇ ਨਾਲ ਔਰ ਬੀਬੀਆਂ ਦੇ ਨਾਲ ਜਿਹੜਾ ਉਹ ਜ਼ਬਰ ਜਨਾਹ ਕੀਤਾ ਜਾਂਦਾ ਥਾਣਿਆਂ ਦੇ ਵਿੱਚ ਸੋ ਇਸ ਤੋਂ ਇਲਾਵਾ ਉਸ ਦੌਰ 'ਚ ਜੇ ਉਹਨਾਂ ਨੇ ਰਿਪੋਰਟ ਦਿੱਤੀ ਤਾਂ ਉਹ ਐਮਨੈਸਟੀ ਦੀ ਰਿਪੋਰਟ ਦੇ ਵਿੱਚ ਰਿਫਲੈਕਟ ਹੋਈ ਹੋਏਗੀ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੁੰਦੀ ਦੂਸਰਾ ਜਿਹੜਾ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਗੱਲ ਕੀਤੀ ਹੈ ਜਿਹਨੂੰ ICC ਕਹਿੰਦੇ ਨੇ ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਕੋਈ NGO ਨੋਨ ਗਵਰਨਮੈਂਟਲ ਔਰਗਨਾਈਜੇਸ਼ਨ ਵੀ ਆਪਣਾ ਕੇਸ ਨਹੀਂ ਲਿਜਾ ਸਕਦੀ ਅਤੇ ਸਾਡੇ ਵਰਗੀ ਕੌਮ ਭਾਵੇਂ ਅਸੀਂ 30 ਮਿਲੀਅਨ ਹੈ ਸਫ਼ਰ ਕਰ ਰਹੇ ਹਾਂ ਸਾਡੀ ਉੱਥੋਂ ਤੱਕ ਐਕਸੈਸ ਨਹੀਂ ਹੁੰਦੀ ਇਹ ਜਿਹੜਾ ICC ਹੈ ਇਹ ਜਿਹੜੀਆਂ ਕੰਟਰੀਜ਼ ਰੈਕਗਨਾਈਜ਼ਡ ਨੇ ਮਾਨਤਾ ਪ੍ਰਾਪਤ ਨੇ ਉਹਨਾਂ ਦੇ ਖਿਲਾਫ਼ ਜੇ ਉਹਨਾਂ ਦੇ ਹੈੱਡ ਉਹਨਾਂ ਮੁਲਕਾਂ ਦੇ ਜਾਂ ਉਹਨਾਂ ਦਾ ਸਿਸਟਮ ਕੋਈ ਵਾਇਲੇਟ ਕਰਦਾ ਹਿਊਮਨ ਰਾਈਟ ਤਾਂ ਫਿਰ ਉਸ ਮੁਲਕ ਦੇ ਉਸ ਹੈੱਡ ਨੂੰ ਜਾਂ ਕੋਈ ਫੌਜੀ ਚੀਫ ਹੈ ਲਿਜਾਇਆ ਜਾ ਸਕਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਵੇਂ ਜਦੋਂ ਯੂਗੋਸਲਾਵੀਆ ਦੇ ਵਿੱਚ ਆਪਸ 'ਚ ਸਿਵਲ ਵਾਰ ਵਰਗੀ ਹਾਲਤ ਬਣੀ ਤਾਂ ਸਰਬੀਆ ਵਾਲੇ ਜਾਂ ਕਰੋਸ਼ੀਆ ਵਾਲਿਆਂ ਦੇ ਕੋਲ ਜ਼ਿਆਦਾ ਫੌਜ ਸੀ ਇਹਨਾਂ ਨੇ ਬੋਸਨੀਆ ਦੇ ਵਿੱਚ ਬਹੁਤ ਜ਼ੁਲਮ ਕੀਤੇ ਸੋ ਉਹਦਾ ਨਤੀਜਾ ਸੀ ਕਿ ਅਲਟੀਮੇਟਲੀ ਜਿਹੜਾ ਸਰਬੀਆ ਦਾ ਚੀਫ ਮਿਨਿਸਟਰ ਜਿਹੜਾ ਪ੍ਰਾਈਮ ਮਿਨਿਸਟਰ ਸੀ ਜਾਂ ਹੈੱਡ ਸੀ ਮਿਲੋਸੋਵਿਚ ਉਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਸਾਹਮਣੇ ਲੈ ਕੇ ਗਏ ਉਹਦੇ 'ਤੇ ਟ੍ਰਾਇਲ ਚੱਲਿਆ ਹੁਣ ਜਿਵੇਂ ਸੀਰੀਆ ਦੇ ਵਿੱਚ ਕੈਮੀਕਲ ਵੈਪਨਸ ਦੀ ਗੱਲ ਹੋ ਰਹੀ ਹੈ ਕਿ ਅਸਾਦ ਦੇ ਮੁੰਡੇ ਨੇ ਉਹਦਾ ਵੀ ਨਾਂ ਅਸਾਦ ਹੈ ਜੂਨੀਅਰ ਕਿ ਉਹਨੇ ਇਸਤੇਮਾਲ ਕੀਤੇ ਨੇ ਹਾਲਾਂਕਿ ਸੀਰੀਆ ਦੀ ਸਰਕਾਰ ਔਰ ਰਸ਼ੀਆ ਵੀ ਕਹਿ ਰਿਹਾ ਕਿ ਵਿਰੋਧੀ ਜਿਹੜੇ ਲੜ ਰਹੇ ਨੇ ਉਹਨਾਂ ਨੇ ਕੀਤੇ ਪਰ ਫਰਾਂਸ ਦਾ ਔਰ ਇੰਗਲੈਂਡ ਦਾ ਕਿਸੇ ਹੱਦ ਤੱਕ ਜ਼ੋਰ ਲੱਗਾ ਹੋਇਆ ਹੈ ਕਿ ਇਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਜਾਇਆ ਜਾਏ ਕਿਉਂਕਿ ਉਹ ਇੱਕ ਰੈਕਗਨਾਈਜ਼ਡ ਮੁਲਕ ਹੈ ਇਸੇ ਤਰ੍ਹਾਂ ਲੀਬੀਆ ਦੇ ਮਾਮਲੇ 'ਚ ਭਾਵੇਂ ਗਦਾਫੀ ਨੂੰ ਜਿਹੜਾ ਮਾਰ ਦਿੱਤਾ ਹੈ ਉਹਦੇ ਜਿਹੜੇ ਮੁੰਡੇ ਨੇ ਜਿਹੜਾ ਕੋਈ ਬੱਚਿਆ ਹੈ ਕੋਈ ਵੀ ਉਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਜਾਣ ਦਾ ਹੈ ਜਾਂ ਈਵਨ ਕੋਸੋਵੋ ਦੇ ਮਾਮਲੇ 'ਚ ਵੀ ਇਹ ਗੱਲ ਸਾਹਮਣੇ ਆਈ ਸੋ ਇਹ ਸਾਡੇ ਕੇਸ ਜਿਹੜੇ ਨੇ ਉਹਨਾਂ 'ਚ ਅਸੀਂ ਵੱਧ ਤੋਂ ਵੱਧ ਜਿਵੇਂ ਹਿਊਮਨ ਰਾਈਟਸ ਕਮਿਸ਼ਨ ਹੁੰਦਾ ਸੀ ਜਨੀਵਾ 'ਚ ਹੁਣ ਇਹਨੂੰ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕੌਂਸਲ ਕਹਿਣ ਲੱਗ ਗਏ ਨੇ ਤੁਸੀਂ ਉਹਨਾਂ ਤੱਕ ਜਾ ਕੇ ਰਿਪੋਰਟ ਦੇ ਦਿੰਦੇ ਹੋ ਉਹਦਾ ਉਹ ਪ੍ਰੈਜੈਂਟੇਸ਼ਨ ਤੁਹਾਡੀ ਲੈ ਲੈਂਦੇ ਨੇ ਉਹ ਆਪਣੀ ਰਿਪੋਰਟ ਦੇ ਵਿੱਚ 1-2 ਲਾਈਨਾਂ ਮੈਨਸ਼ਨ ਕਰ ਦਿੰਦੇ ਨੇ ਕਿ ਜੀ ਉੱਥੇ ਇਹ ਹੋ ਰਿਹਾ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਸਾਲਾਨਾ ਕੰਟਰੀ ਰਿਪੋਰਟ ਜਾਰੀ ਕਰਦਾ ਹੈ ਜੇ ਤੁਸੀਂ ਉਹੀ ਹਿਊਮਨ ਰਾਈਟਸ ਰਿਪੋਰਟ ਸਟੇਟ ਡਿਪਾਰਟਮੈਂਟ ਨੂੰ ਦਿੰਦੇ ਹੋ ਤਾਂ ਜਿੱਥੇ ਇੰਡੀਆ ਦੇ ਉਹਨਾਂ ਨੇ ਪਹਿਲਾਂ ਗੁਣ ਗਾਣੇ ਨੇ ਜੀ ਡੈਮੋਕ੍ਰੇਸੀ ਹੈ ਜੁਡੀਸ਼ਰੀ ਹੈ ਬਹੁਤ ਹੈ ਉਹਦੇ 'ਚ ਉਹਨਾਂ ਨੇ ਲਿਖ ਦੇਣਾ ਕਿ ਜੀ ਪੰਜਾਬ 'ਚ ਐਕਸਟਰਾ ਜੁਡੀਸ਼ਲ ਕਿਲਿੰਗ ਵੀ ਹੋਈਆਂ ਜਾਂ ਹੋ ਰਹੀਆਂ ਨੇ ਕਸ਼ਮੀਰ 'ਚ ਹੋ ਰਿਹਾ ਜਾਂ ਨਾਗਾਲੈਂਡ 'ਚ ਹੋ ਰਿਹਾ ਜਾਂ ਉੱਥੇ ਹਰ ਕੋਈ ਜਿਹਨੂੰ ਫੜਿਆ ਜਾਂਦਾ ਉਹਨੂੰ ਥਾਣੇ ਦੇ ਵਿੱਚ ਉਹਦੇ 'ਤੇ ਤਸ਼ੱਦਦ ਕੀਤਾ ਜਾਂਦਾ ਬਸ ਇੰਨੀ ਕੁ ਲਾਈਨ ਹੈ ਜਿਹੜੀ ਹੈ ਉਸ ਦੇ ਵਿੱਚ ਬਣਦੀ ਹੈ ਸੋ ਸਾਡੀ ਹੁਣ ਜਿਵੇਂ ਹਿਊਮਨ ਰਾਈਟਸ ਕੌਂਸਲ ਦੀ ਗੱਲ ਹੈ ਫਰਾਂਸ ਦੇ ਵਿੱਚ ਪੱਗ ਦਾ ਇਸ਼ੂ ਜਿਹੜਾ ਫਰਾਂਸ ਗਵਰਨਮੈਂਟ ਨੇ ਕਾਨੂੰਨ ਬਣਾਇਆ ਉਸ ਨੂੰ ਯੂਨਾਈਟਿਡ ਸਿੱਖਸ ਔਰਗਨਾਈਜੇਸ਼ਨ ਲੈ ਕੇ ਗਈ ਹਿਊਮਨ ਰਾਈਟ ਕੌਂਸਲ ਕੋਲ UN 'ਚ ਹਿਊਮਨ ਰਾਈਟਸ ਕੌਂਸਲ ਨੇ 2 ਕੇਸਾਂ 'ਚ ਫੈਸਲਾ ਸੁਣਾਇਆ ਫਰਾਂਸ ਸਰਕਾਰ ਦੇ ਖਿਲਾਫ ਯੂਨਾਈਟਿਡ ਸਿੱਖਸ ਦੇ ਹੱਕ 'ਚ ਕਿ ਸਿੱਖਾਂ ਨੂੰ ਦਸਤਾਰ ਦਾ ਹੱਕ ਹੈ ਅਤੇ ਜੇ ਫਰਾਂਸ ਇਹ ਨਹੀਂ ਦਿੰਦਾ ਤਾਂ ਜਿਹੜਾ ਫਲਾਣਾ ਕਲੋਜ਼ ਹੈ ਚਾਰਟਰ ਆਫ ਹਿਊਮਨ ਰਾਈਟਸ ਦਾ ਉਹਨੂੰ ਫਰਾਂਸ ਵਾਇਲੇਟ ਕਰ ਰਿਹਾ ਹੁਣ ਰਿਪੋਰਟ ਆ ਗਈ ਪਰ ਫਰਾਂਸ ਦੇ ਉੱਤੇ ਕੋਈ ਬਾਈਂਡਿੰਗ ਨਹੀਂ ਹੈ ਵੀ ਉਹਨੇ ਮੰਨਣੀ ਹੈ ਉਹਨੇ ਨਹੀਂ ਮੰਨੀ ਕਿਉਂਕਿ ਉਹ ਸੋਵਰਨ ਕੰਟਰੀਜ਼ ਨੇ ਸੋ ਇਹ ਜਿਹੜਾ ਉੱਥੇ ਬੈਠੇ ਆ ਕਈ ਵਾਰ ਇਹ ਪ੍ਰਭਾਵ ਹੁੰਦਾ ਹੈ ਕਿ ਜੇ ਜਿਹੜੀਆਂ ਰਿਪੋਰਟਾਂ ਜਾਂਦੀਆਂ ਨੇ ਪਤਾ ਨਹੀਂ ਇੰਟਰਨੈਸ਼ਨਲੀ ਕੀ ਹੋ ਇਹ ਨਹੀਂ ਹੈ ਸਾਨੂੰ ਆਪਣੀ ਤਾਕਤ ਦੇ ਨਾਲ ਹੀ ਇਨਸਾਫ ਵੀ ਲੈਣਾ ਪਏਗਾ
ਔਰ ਜਦੋਂ ਅਸੀਂ ਇੱਕ ਮੁਲਕ ਦੇ ਤੌਰ 'ਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲਾਂਗੇ, ਫਿਰ ਇਹ ਜਿੰਨੇ ਕ੍ਰਿਮੀਨਲ ਨੇ ਇਹਨਾਂ ਨੂੰ ਫਿਰ ਅਸੀਂ ਯਕੀਨੀ ਬਣਾਵਾਂਗੇ ਕਿ ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਵੀ ਜਾਣ, ਇਹਨਾਂ ਨੂੰ ਬੋਰੀਆਂ 'ਚ ਪਾ ਕੇ ਆਪਣੇ ਮੁਲਕ 'ਚ ਵੀ ਖਾਲਿਸਤਾਨ 'ਚ ਲਿਜਾਇਆ ਜਾਏ, ਇਹਨਾਂ ਦੇ ਉੱਤੇ ਟ੍ਰਾਇਲ ਕੀਤੇ ਜਾਣ, ਉਦੋਂ ਤੱਕ ਮਹਿਜ਼ ਜਿਹੜਾ ਅਸੀਂ ਰਿਪੋਰਟਾਂ ਹੀ ਦੇ ਸਕਦੇ ਹਾਂ। ਬਾਕੀ ਜਿਹੜਾ ਉਹਨਾਂ ਨੇ ਪੁੱਛਿਆ ਕਿ ਵੀ ਉਹ ਉੱਥੇ ਬੈਠੇ ਕੀ ਕਰ ਸਕਦੇ ਨੇ, ਮੈਂ ਸਮਝਦਾ ਵੀ ਆਪਣੇ ਆਪ ਨੂੰ ਚੰਗੀ ਤੋਂ ਚੰਗੀ ਐਜੂਕੇਸ਼ਨ ਦਿਓ, ਆਪਣੇ ਆਲੇ ਦੁਆਲੇ ਗਿਆਨ ਦਾ ਪਸਾਰਾ ਕਰੋ, ਆਪਣੇ ਵੀਰਾਂ ਭੈਣਾਂ ਨੂੰ ਸਿੱਖੀ ਦਾ ਜਿਹੜਾ ਇੱਕ ਸ਼ਾਨਦਾਰ ਇਤਿਹਾਸ ਰਵਾਇਤ ਹੈ ਇਹਦੇ ਨਾਲ ਜੋੜੋ, ਔਰ ਮਨੁੱਖੀ ਹੱਕਾਂ ਦੇ ਲਈ ਕੰਮ ਕਰੋ। ਮੈਂ ਤਾਂ ਇੱਥੋਂ ਬੈਠ ਕੇ ਇਹੀ ਐਡਵਾਈਸ ਕਰ ਸਕਦਾ। ਤਾਂ ਵੀਰ ਦਾ ਹਰਪ੍ਰੀਤ ਸਿੰਘ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।